ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜਨਮ ਸਥਾਨ ਪਿੰਡ ਢੁੱਡੀਕੇ ਵਿਖੇ ਮੰਡੀਆਂ ਦੇ ਫੜਾਂ ਦੇ ਵਾਧੇ ਲਈ ਨੀਂਹ ਪੱਥਰ ਹਲਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਰੱਖਿਆ। ਇਸ ਮੌਕੇ ਚੇਅਰਮੈਨ ਜਗਰਾਜ ਸਿੰਘ ਦੋਧਰ, ਮਾਰਕੀਟ ਕਮੇਟੀ ਅਜੀਤਵਾਲ, ਸਾਬਕਾ ਸਰਪੰਚ ਗੁਰਮੀਤ ਮੱਦੋਕੇ, ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ, ਆੜਤੀਆ ਗੁਰਮੇਲ ਸਿੰਘ ਮੱਦੋਕੇ ਮੌਜੂਦ ਸਨ। ਇਸ ਮੌਕੇ ਚੇਅਰਮੈਨ ਜਗਰਾਜ ਸਿੰਘ ਦੋਧਰ, ਮਾਰਕੀਟ ਕਮੇਟੀ ਨੇ ਦੱਸਿਆ ਕਿ ਪਿੰਡ ਮਹਿਣਾ ਅਤੇ ਤਖਾਨਵੱਡ ਵਿਖੇ ਵੀ ਫੜਾਂ ਵਿੱਚ ਵਾਧਾ ਜਲਦੀ ਹੀ ਕੀਤਾ ਜਾਵੇਗਾ ਅਤੇ ਉਹਨਾਂ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਮੰਡੀਆਂ ਦੇ ਵਿਕਾਸ ਲਈ 18 ਲੱਖ ਰੁਪਏ ਖਰਚੇ ਜਾ ਚੁੱਕੇ ਹਨ ਅਤੇ 45 ਲੱਖ ਰੁਪਏ ਹੋਰ ਖਰਚ ਕੀਤੇ ਜਾਣਗੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਪੰਜਾਬ ਅੰਦਰ ਵਿਕਾਸ ਕਾਰਜਾਂ ਦੀਆਂ ਹਨੇਰੀਆਂ ਚੱਲਦੀਆਂ ਹਨ ਤੇ ਸਰਕਾਰ ਵੱਲੋਂ ਬਿਨਾਂ ਕਿਸੇ ਭੇਦਭਾਵ ਤੋਂ ਪਿੰਡਾਂ ਸ਼ਹਿਰਾਂ ਅੰਦਰ ਵਿਕਾਸ ਕਾਰਜ ਜੰਗੀ ਪੱਧਰ ਤੇ ਚਲਾਏ ਜਾ ਰਹੇ ਹਨ। ਜਲਦੀ ਹੀ ਡਿਪਟੀ ਮੁੱਖ ਮੰਤਰੀ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਵਿਕਾਸ ਕਾਰਜਾਂ ਦੀ ਗਰੰਟਾਂ ਦੇ ਗੱਫੇ ਦੇਣ ਪਹੁੰਚ ਰਹੇ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਝੰਡਿਆਣਾ, ਡਾਕਟਰ ਜਗਮੋਹਨ ਸਿੰਘ ਮੀਤ ਪ੍ਰਧਾਨ ਸਰਕਲ ਅਜੀਤਵਾਲ, ਚਰਨਜੀਤ ਸਿੰਘ ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ। ਨਿਹਾਲ ਸਿੰਘ ਵਾਲਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ। ਅੱਜ ਜਿਹੜਾ ਫੜ ਸੀਗਾ ਉਹਦਾ ਏਰੀਆ ਵਧਾਇਆ, ਉਸ ਏਰੀਏ ਦਾ ਫੜ ਜਿਹੜਾ ਉਹ ਪੱਕਾ ਕਰਨਾ, ਜਿਹਦੀ ਲਾਗਤ ਆ 18,60,000 ਦੀ ਲਾਗਤ ਆ। ਔਰ ਇਸੇ ਤਰ੍ਹਾਂ ਹੀ ਇਸ ਤੋਂ ਬਾਅਦ ਝੋਨੇ ਤੋਂ ਪਹਿਲਾਂ ਪਹਿਲਾਂ ਮਹਿਣਾ ਤੇ ਤਖਾਣ ਵੱਧ ਉਹ ਵੀ ਮੰਡੀਆਂ ਦਾ ਜਿਹੜਾ ਏਰੀਆ ਵਧਾ ਕੇ ਉਹਨਾਂ ਦਾ ਫੜ ਉੱਚਾ ਪੱਕਾ ਕਰਨਾ। ਇਹ ਮਾਰਕੀਟ ਕਮੇਟੀ ਅਜੀਤਵਾਲ ਉਹਨਾਂ ਦੇ ਫੰਡ ਦੇ ਵਿੱਚੋਂ ਕਦੋਂ ਤੱਕ ਤਿਆਰ ਹੋ ਜਾਏਗਾ ਜੀ? ਬਸ ਸ਼ੁਰੂ ਹੋਇਆ, ਕੰਮ ਸ਼ੁਰੂ ਹੋਇਆ, ਮਿਸਤਰੀ ਲੱਗੇ, ਦਿਨਾਂ 'ਚ ਹੀ ਹੋ ਜਾਣਾ। ਕਿਸਾਨ ਜਦੋਂ ਜਿਨਸ ਸਿੱਟਣਗੇ ਸਾਰਾ ਫਾਇਦਾ ਹੀ ਕਿਸਾਨਾਂ ਨੂੰ ਆ ਜੀ। ਜਿਹੜੀ ਕੱਚੀ ਜਗ੍ਹਾ 'ਤੇ ਅੱਗੇ ਜਿਨਸ ਸਿੱਟਦੇ ਸੀ, ਹੁਣ ਪੱਕੀ ਜਗ੍ਹਾ 'ਤੇ ਸਾਫ਼ ਸਫਾਈ ਹੋਊਗੀ, ਸਾਰਾ ਫਾਇਦਾ ਕਿਸਾਨਾਂ ਨੂੰ, ਲਾਈਟਾਂ ਦਾ ਪ੍ਰਬੰਧ ਸਾਰਾ। ਅੱਜ ਜਿਹੜਾ ਢੁੱਡੀਕੇ ਦਾਣਾ ਮੰਡੀ ਦਾ ਫੜਾ ਜਿਹੜਾ ਵਧਾਇਆ ਜਾ ਰਿਹਾ, 18,60,000 ਰੁਪਏ ਦੀ ਜਿਹੜੀ ਇੱਥੇ ਲਾਗਤ ਦਾ ਕੰਮ ਸ਼ੁਰੂ ਹੋ ਗਿਆ ਅਤੇ ਇਸ ਤੋਂ ਬਾਅਦ ਅਸੀਂ ਜਿਹੜਾ ਮਹਿਣਾ ਹੈ ਦਿਖਾਉਣ ਵੱਧਦਾ ਝੋਨੇ ਤੋਂ ਪਹਿਲਾਂ ਉਹ ਵੀ ਮੰਡੀਆਂ ਦੇ ਫੜ ਵਧਾਉਣੇ ਆ, ਕਿਉਂਕਿ ਜਦੋਂ ਕਿਸਾਨ ਫਸਲ ਲੈ ਕੇ ਆਉਂਦਾ, ਜਦੋਂ ਕੱਚੇ ਥਾਂ ਫਸਲ ਸੁੱਟਦਾ, ਉਹਦੇ ਨਾਲ ਫਿਰ ਵਿੱਚ ਮਿੱਟੀ ਮੁੱਟੀ ਰਲਦੀ ਹੈ, ਉਹਦੇ ਨਾਲ ਪ੍ਰੋਬਲਮ ਆਉਂਦੀ ਹੈ। ਲਾਈਟਾਂ ਦਾ ਸਿਸਟਮ ਰਾਤ ਨੂੰ ਝੋਨੇ ਵੇਲੇ ਤਲਾਈ ਹੁੰਦੀ ਹੈ, ਉਹ ਵੀ ਤਿੰਨਾਂ ਇਹਨਾਂ ਮੰਡੀਆਂ ਦੇ ਵਿੱਚ ਜਿਹੜਾ ਨਵੀਂ ਤਕਨੀਕ ਦੇ ਨਾਲ Audio Jungle.